सिमरत म्यूजिक दी पेशकश। अल्कोहल कंजम्पशन इज इंजूरियस टू हेल्थ। शराब पीना सेहत के लिए हानिकारक है। पता नहीं तेरी मां ने की नींद आलियां गोलियां खा के तू जम्मिया थीगा। मैं तो हम आदि वे भाई है जो हम आदि कमरे टोले ने खड़ जा भैन दे खसमा। मैं तू दस दिया फिर हूं भी नु झूठिया बीबो बीबो मंजा चक दे। मी आ गया, नेरी आ गई, तूफान आ गया। वे केड़ी तेरी मां ने नेरी आ गई नाले भुजाल आ गया। ये तो मैं तेरे मुंह ते पानी पाया कि पानी। आ बीबो तेनू ना जुत्तियां दी घाट है। आ सुत्ते पए बंदे ते भला कोई पानी पाउंदा हुंदा। तू सही कह ना, तेरे ते पानी होर कि मैं तेरे ते पेट्रोल पा दा। ओ बीबो मैं कहना बहुता ना बोल, तेरी ना मैं गुदड़ी नु मरोड़ा दे दां। मेरा गुस्सा बहुत पड़ा है, मैं तो गुस्से च कई बार आपदे भी थप्पड़ मार लेना, समझी? चौड़दारिया की सुनदा, मर जा ते दद लग जा, अब घर दा खर्चा मुक्या पिया। ओए परसों ता लिया के दिता करियाड़ दियो, सारी खा गए। मैं केड़ा कंजर दिया पुत्ता खानी कलिया, तुसी चुरसदा बीबी रोटियां कचरा, तेनू अज चुरसदा तू। मेरे सर दे खसम, घर नू दद लगे हुए ने, सारा दिन कहणगे खा लै खा लै। ओए कदे कमाई करके देखो, 150 रुपया कमा के देखो, फिर मना मैं थोनू। भैन दिया खसमा, जे मैं कमाऊ लगी तो लोग कहेंगे तीमी दी कमाई खांदा का। चल कोई ना, हुन मैं जाना, मेरे साल दी कलैनी राम ना करन दी पूरा, जे माड़े टाइम सेड़ी है मरदी भी नहीं सड़ी किते। मालिक कमले टोले ने बे छेती आजी मुड़ के। मैं आ जूंगा, हजे मैं दाल भी फूकनी आ। हाय हाय पाखियां नहीं, मैं तो पाखियां कटनियां नहीं। मुकर गया, कमाल दी गल है यार, अज 1500 रुपया लेके मुड़ांगे। लाली मेरी गल सुन जा, नाल तू गवाह है भाई मौके दा, तैं गवाही देनी है कट के। ठीक है भाई, मैं मुकरदा नहीं, उन्हां नूं पानी दा मैं पिउंदा रहा।
ਆਂਡੇ ਛਿੱਲ ਕੇ ਮੈਂ ਖਵਾਉਂਦਾ ਰਿਹਾ। ਮੈਂ ਮੌਕੇ ਦਾ ਗਵਾਹ ਬਈ। ਬਸ ਇਸੇ ਗੱਲ ਤੇ ਕਾਇਮ ਰਹੀ ਤੂੰ ਕਾਇਮ ਆ। ਚਲ ਆਇਆ ਫਿਰ ਦੇਖੀਓ ਜਿਹੜੀ ਹੋ ਗਈ। ਲਾਲੀ ਮਾਰ ਵਾਜ਼ ਓਏ, ਮੈਂ ਤੈਨੂੰ ਆਵਾਜ਼ ਮਾਰ ਕੇ ਦਿਖਾਉਣਾ ਵੀ ਕਿਤਨਾ ਆਵਾਜ਼ ਮਾਰੀਂਦੀ ਆ। ਓ ਫੁੱਫੜਾ ਘਰੇ ਆ ਸਾਰੇ, ਹੈਂ ਚਲ ਆ ਜਾ। ਓਏ ਉਹਦਾ ਮਰ ਜਾ, ਕਿੱਧਰ ਜਾਣਾ ਮੇਰਾ ਸਵਾਲ। ਓ ਬੂਆ ਘਰ ਆਈ ਆ ਹੋਰ ਪੀ ਗਿਆ। ਓ ਲਾਲੀ ਆ ਗਿਆ, ਆ ਦੱਸ ਬੂਆ ਨੂੰ ਆ ਪੀਤੀ ਆ ਕਿ ਨਹੀਂ। ਕਿਹੜਾ ਕੰਜਰ ਕਹਿੰਦਾ ਪੀਤੀ ਨੀ, ਤੈਨੂੰ ਗਾ ਰੋਜ਼ ਤਾਂ ਡੱਕ ਕੇ ਆਉਂਦਾ ਸੀ। ਮੈਂ ਮੌਕੇ ਦਾ ਗਵਾਹ ਪੂਆ, ਮੈਂ ਮੌਕੇ ਦਾ ਤੇ ਡੱਕ ਟੋਆ ਜਿਹੜਾ ਰੋਜ਼ ਇੰਨੀ ਦਾਰੂ ਟੱਪਦਾ ਸੀਗਾ। ਮੈਂ ਕਿਹਾ ਸੁਣ ਦਿਓ ਜੀ, ਓਏ ਕੀ ਕਾਂ ਕਾਂ ਲਾਈਏ ਬੀਬੋ, ਆ ਮੇਰੇ ਸਿਰ ਦੇ ਹਾਥੇ ਵਾਲੇ ਕਿੱਥੋਂ ਆ ਗਏ, ਪੈਸੇ ਲੈਣ ਆਏ ਹੋਣੇ। ਝੂਠਿਆ, ਨਹੀਂ ਸੁਣਦਾ, ਜਮਾਂ ਨਹੀਂ ਸੁਣਦਾ ਨਾ ਮੇਰਾ ਸਾਲਾਂ ਦੀ। 35 ਸਾਲ ਹੋ ਗਏ ਮੇਰੇ ਨਾਲ ਵਿਆਹੀ ਨੂੰ, ਨਾ ਹਲੇ ਤੈਨੂੰ ਪਤਾ ਨਹੀਂ ਲੱਗਿਆ ਵੀ ਮੈਨੂੰ ਸੁਣਦਾ ਜਾਂ ਨਹੀਂ ਸੁਣਦਾ। ਇਹਨਾਂ ਨੇ ਗੱਲ ਕਰ, ਆਹ 1500 ਰੁਪਇਆ ਕੱਢ ਦਾਰੂ ਵਾਲਾ। ਹਾਂ ਬਾਈ ਕੱਢ ਪੈਸੇ, ਬਾਈ ਨਹੀਂ ਕੱਢੇਗਾ ਤਾਂ ਸਾਨੂੰ ਦੂਏ ਲੁੱਟ ਲੈਣ ਆਉਂਦੇ। ਨਾ ਮੇਰਾ ਸਾਲਿਆਂ ਦਾ ਕੀ ਭਕਾਈ ਮਾਰ ਦਿਓ, ਮੈਂ ਤਾਂ ਦਾਰੂ ਪੀਣ ਵਾਲਿਆਂ ਦੀ ਮਕਾਨ ਬਣੀ ਜਾਂਦਾ, ਨਾਲੇ ਮੈਂ ਤੁਹਾਡੀ ਚਵਾਨੀ ਨਹੀਂ ਦੇਣੀ, ਮੈਂ ਤਾਂ ਮੁੱਕਰ ਗਿਆ। ਚਲੋ ਚਲੋ ਕੰਮ ਕਰੋ। ਚੰਗਾ ਤੂੰ ਹੁਣ ਆਈ ਫਿਰ ਹੱਥੇ ਤੇ, ਤੈਨੂੰ ਉੱਥੇ ਮੂਤ ਪਿਆਵਾਂਗੇ ਮੂਤ। ਨਾਲੇ ਮੂੰਹ ਸੰਭਾਲ ਕੇ ਗੱਲ ਕਰ ਓਏ, ਮੇਰਾ ਗੁੱਸਾ ਬਹੁਤ ਭੈੜਾ, ਕਈ ਵਾਰੀ ਤਾਂ ਮੈਂ ਆਪਦੇ ਵੀ ਥੱਪੜ ਮਾਰ ਲੈਣਾ, ਸਮਝ ਗਏ ਭਾਲਦੇ ਨੇ ਠੋਲੂ। ਸਾਲਾ ਕੰਜਰ ਕਿਸੇ ਥਾਂ ਦਾ, ਨਾ ਬੰਦਾ ਨਾ ਬੰਦੇ ਦੀ ਯਾਦ। ਉਹ ਲਾਲੀ ਜਿੱਥੇ ਮੋਦੀ ਵਾਲਾ 15 ਲੱਖ ਗਿਆ, ਉੱਥੇ ਤੜੇ 1500 ਗਏ, ਭੈਣ ਮਰਾਣ 1500 ਆਈ ਸਾਲਿਆ ਹੱਥ ਤੇ। ਤੈਨੂੰ ਉੱਥੇ ਪਿਆਵਾਂਗੇ ਘਰ ਦੀ ਗੱਡੀ। ਟੁੱਟ ਗਏ ਨਾ ਟੁੱਟ ਕੇ ਪੈਣ ਨੂੰ ਮੈਂ ਕੁੱਤਾ ਹੈ, ਤੈਨੂੰ ਕੱਟਾ ਕੰਜਰ ਦੇ ਪੁੱਤਾ। ਓਏ ਮੈਨੂੰ ਫੜ ਲਓ, ਮੈਨੂੰ ਨਹੀਂ, ਮੇਥੋਂ ਇਹਨਾਂ ਦੋਨਾਂ ਦਾ ਕਤਲ ਹੋ ਜੂ। ਓ ਫੁੱਫੜਾ, ਉਹ ਤੂੰ ਤਾਂ ਕੁੱਤੇ ਨਾਲੋਂ ਵੀ ਗਿਆ ਗੁਜ਼ਰਿਆ, ਉਹ ਕੁੱਤਾ ਘੱਟੋ ਘੱਟ ਵਫਾਦਾਰ ਤਾਂ ਹੁੰਦਾ। ਹੈਂ ਆਈ ਸਾਲਿਆ ਹੱਥ ਤੇ, ਤੈਨੂੰ ਫੇਰ ਦੇਖਾਂਗੇ ਤੁਹਾਡੇ ਸੁਰ ਮੈਂ ਜਾਣਾ ਜਾਣਾ। ਨਹੀਂ ਕਤਲ ਕਰ ਦਿੰਦਾ ਮੈਂ, ਨਾ ਤਾਂ ਰੋਕਿਆ ਨੀ ਫਿਰ ਉਹੀ ਲੱਗਿਆ ਮੈਨੂੰ। ਤੂੰ ਇੱਥੇ ਕਾਹਨੂੰ ਮਾਰਦਿਆਂ ਫੋੜੇ ਹੋਏ ਹੋਏ ਨੇ। ਮੈਂ ਨੀ ਮੰਨਦਾ ਇਹੋ ਜਿਹੀ ਬੇਇੱਜ਼ਤੀ ਨੂੰ, ਜਿੰਨੀ ਮਰਜ਼ੀ ਬੇਇੱਜ਼ਤੀ ਕਰੀ ਜਾਣ, ਨਾਲੇ ਮੇਰੇ ਵਰਗਾ ਘਟੀਆ ਬੰਦਾ ਬਸ਼ਰਮ ਬੰਦਾ ਨੀ ਤੂੰ ਦੀਵਾ ਲੈ ਕੇ ਭਾਲ ਲਈ, ਕਿਤੋਂ ਨੀ ਮਿਲਣਾ ਤੈਨੂੰ। ਓਏ ਬੀਬੋ ਮੈਨੂੰ ਸਾਰੀਆਂ ਚੀਜ਼ਾਂ ਹੀ ਮਾੜੀਆਂ ਮਿਲਦੀਆਂ ਨੇ, ਆਹ ਦੇਖ ਲੈ ਜਿਹੜੀ ਦਾਰੂ ਹੈ ਇਹ ਵੀ ਮਾੜੀ, ਆਹ ਤੂੰ ਮਿਲੀ ਆ ਤੂੰ ਦਾਰੂ ਤੋਂ ਵੀ ਮਾੜੀ, ਕਿਆ ਕਰੇਗਾ ਪਾਂਡੂ, ਚੱਲ ਭੱਜ ਇੱਥੋਂ। ਦੇਖਿਆ ਕਿਵੇਂ ਭੌਂਕਦੀ ਆ ਕੁੱਤੀ, 100 ਕੁੱਤਿਆਂ ਦੀ ਰੰਨ, ਚੱਲ ਨਿਕਲ ਜਾ ਮੇਰੇ ਘਰੋਂ, ਨਹੀਂ ਮਾਰੂ ਧੌਣ ਚ ਮੁੱਕੀ ਤੇਰੇ। ਤੈਨੂੰ ਭੈਣ ਦਾ ਖਸਮਾ, ਤੈਨੂੰ ਮੈਂ ਮੈਂ ਹੋ ਗਏ ਸਾਰੇ। ਉਹ
ਆ ਜਾ ਮੇਰੇ ਬਾਪ ਦੀ ਰੰਨੇ ਇਹ ਆ ਚੱਕ ਆ ਗਿਆ ਸਵਾਦ ਠੰਡੀ ਦੇਖਦਾ ਕਹਿੰਦਾ ਕਿਹੜੇ ਪੈਸੇ ਪੈਸੇ ਮੰਗਣ ਗਏ ਉੱਥੋਂ ਸੜੀ ਜੀ ਬੁੜੀ ਤੋਂ ਝਾੜੂ ਮਰਵਾ ਦੇ ਇਹ 1500 ਦਾ ਜੇ 2000 ਨਾ ਲਿਆ ਨਾ ਮੈਨੂੰ ਤੁਮ ਆ ਕੇ ਨਾ ਬੁਲਾਈ ਹਾਂ ਆ ਲਓ ਚਾਹ ਪੀ ਲਓ ਤੁਸੀਂ ਨਹੀਂ ਪੈਸੇ ਦਿੰਦੇ ਕੋਈ ਨਾ ਆਊਗਾ ਤਾਂ ਉਰੇ ਇਹੀ ਗੱਲ ਤਾਂ ਮੈਂ ਕਹਿੰਦਾ ਬਾਈ ਆਊਗਾ ਤਾਂ ਉਰੀ ਪਤੰਦਰ ਮੰਨਦਾ ਹੀ ਨਹੀਂ ਯਾਰ ਮੈਂ ਕੀ ਕਰਾਂ ਮੇਰੇ ਸਾਲੇ ਦਾ ਨੰਗੜ ਧੁੰਮੇ ਦੇ ਪੈਸੇ ਮੁੱਕਰਦਾ ਧੁੰਮੇ ਸ਼ਰਾਬੀ ਦੇ ਓਏ ਉਹਨੂੰ ਪਤਾ ਨਹੀਂ ਵੀ ਧੁੰਮਾ ਕੀ ਸ਼ਾਇਦ ਨਾਂ ਆ ਮੈਂ ਮੇਰੇ ਸਾਲੇ ਦੇ ਖੇਡਣੇ ਖੜਾ ਦੂੰ ਕਿਸੇ ਦਿਨ ਹਾਂ ਕਾਹਨੂੰ ਆਪਣਾ ਖੂਨ ਸਾੜੀ ਜਾਂਦਾ ਜਦੋਂ ਆਊਗਾ ਫੜ ਲਈ ਭੈਣ ਦੇ ਮਾਮੇ ਨੂੰ ਓ ਲਾਲੀ ਚੱਲ ਮੇਰੇ ਨਾਲ ਚੱਲੂ ਦੇ ਕਰਾਂ ਅਸੀਂ ਕੁੱਟ ਕੇ ਆਉਂਦੇ ਹਾਂ ਮੇਰੇ ਸਾਲੇ ਨੂੰ ਬਾਈ ਮੈਂ ਕਹਿੰਦਾ ਰਹਿਣ ਦੇ ਗੱਲ ਵੱਧ ਜੂ ਗੱਲ ਥਾਣੇ ਕਚਹਿਰੀਆਂ 'ਚ ਵਗ ਜੂ ਇਕੱਠ ਹੋ ਜੂ ਫਾਇਦਾ ਕੀ ਉਹ ਧੁੰਮਾ ਡਰਦਾ ਕਿਸੇ ਭੈਣ ਦੇ ਮਾਮੇ ਤੋਂ ਤਾਂ ਨਹੀਂ ਜਾਣਾ ਤਾਂ ਨਾ ਸੀ ਤੈਨੂੰ ਸੁਣਦਾ ਨਹੀਂ ਲੜਨਾ ਨਹੀਂ ਆਪਾਂ ਜਦੋਂ ਆਊਗਾ ਲਾਲੀ ਚਿੱਤਰ ਵੇ ਲਾਲੀ ਸਮਝਾਏ ਨੂੰ ਮੈਂ ਤਾਂ ਭਾਬੀ ਬਹੁਤ ਸਮਝਾਇਆ ਗਾ ਕਹਿੰਦਾ ਛਿੱਤਰ ਮਾਰ ਕੇ ਰੋਟੀ ਖਾਣੀ ਆ ਮੈਂ ਪਾਵਾਂ ਚੁੱਗਾ ਬੁਲਾ ਤਾਂ ਮੈਂ ਲਊ ਪਰ ਸਾਂਭ ਲਿਓ ਤੁਸੀਂ ਬਤਾ ਮੇਰੇ ਸਾਲੇ ਨੂੰ ਸੰਭਾਲੂੰਗਾ ਤਾਂ ਸਾਲੇ ਨੂੰ ਇਹੋ ਜਿਹਾ ਸਾਲੇ ਤੋਂ ਜ਼ਿੰਦਗੀ ਭਰ ਨਹੀਂ ਸੰਭਾਲਿਆ ਜਾਣਾ ਹਾਂ ਉਹ ਲਾਲੀ ਚੱਲ ਜਾ ਛੱਡ ਚੱਲ ਉਹ ਯਾਰ ਹੱਥੇ ਚੱਲਦੇ ਹਾਂ ਮਾੜੀ ਜੀ ਪਈ ਨਹੀਂ ਬਾਈ ਘੁੱਟ ਉਸੀ ਲਾਵਾਂਗੇ ਘੁੱਟ ਘੁੱਟ ਚੱਲ ਆ ਜਾ ਚੱਲ ਫਿਰ ਉੱਥੇ ਨਾ ਦਲੇਰ ਜਾ ਕੇ ਚੱਲ ਭੂਆ ਕਰ ਰਹੀ ਆ ਅਲੇ ਕੁੜੇ ਨੰਗੀ ਕੌਣਾ ਫੁੱਫੜ ਕਿੱਥੇ ਆ ਉਹ ਤਾਂ ਮਰ ਗਿਆ ਹੈ ਕਦੋਂ ਭੂਆ ਨਹੀਂ ਆਏ ਨਹੀਂ ਮਰਿਆ 25 ਸਾਲ ਪਹਿਲਾਂ ਮੇਰੇ ਤੇ ਮਰਿਆ ਸੀਗਾ ਲੈ ਭੂਆ ਮੈਂ ਤਾਂ ਡਰ ਹੀ ਗਈ ਸੀ ਉਹ ਮੇਰੇ ਘਰ ਵਾਲੇ ਦਾ ਜਨਮ ਦਿਨ ਆ ਪਾਰਟੀ ਵਾਸਤੇ ਕਹਿਣ ਆਈ ਸੀ ਨਾਲੇ ਦਾਰੂ ਸ਼ਾਰੂ ਚੱਲੂਗੀ ਚੱਲ ਫਿਰ ਫੁੱਫੜ ਘਰੇ ਨਹੀਂ ਹੈਗਾ ਫਿਰ ਮੈਂ ਜਾਣੀ ਆ ਲੈ ਭਾਈ ਕਿਹੜਾ ਕੰਜਰ ਕਹਿੰਦਾ ਮੈਂ ਘਰੇ ਨਹੀਂ ਹੈਗਾ ਆ ਦੇਖ ਘਰੇ ਤਾਂ ਹੈਗਾ ਮੈਂ ਤਾਂ ਜ਼ਰੂਰ ਆਉਂਗਾ ਤੂੰ ਐਂ ਦੱਸ ਭਾਈ ਪਾਰਟੀ ਕਦੋਂ ਹੈ ਤੇ ਕੰਜਰ ਦੇ ਕਿਵੇਂ ਜੀਵ ਮੂਤ ਗਿਆ ਦਾਰੂ ਤੋਂ ਪੀਂਦੀ ਤੇ ਮੈਨਾਂ ਕਹਿੰਦਾ ਉੱਥੇ ਮਰ ਜੀ ਕਿਤੇ ਓ ਨਹੀਂ ਮਰਦਾ ਪਹਿਲਾਂ ਤਾਂ ਮਰਿਆ ਨਹੀਂ 4 ਵਜੇ ਆ ਫੁੱਫੜਾ ਦਾਰੂ ਦੇ ਨਾਲ ਨਾਲ ਮੁਰਗਾ ਵੀ ਚੱਲੂਗਾ ਦੇਖੀ ਕਿਤੇ ਮਿਸ ਨਾ ਕਰਦੀ ਲੈ ਭਾਈ ਮੈਂ ਤਾਂ ਚਾਹੇ ਕਬਰਾਂ 'ਚ ਉੱਠ ਕੇ ਆਵਾਂ ਜ਼ਰੂਰ ਆਊਂ ਲੈ ਐਂ ਕਰ ਮੇਰੇ ਕੱਪੜੇ ਪ੍ਰੈਸ ਕਰ ਦੇ ਚੱਲ ਚੰਗਾ ਭੂਆ ਮੈਂ ਜਾਂਦੀ ਹਾਂ ਫੁੱਫੜਾ ਹੁਣ ਆ ਜੀ ਟਾਈਮ ਨਾਲ ਫਿਰ ਮੈਂ ਕਿ ਬੁਲਾਇਆ ਨਹੀਂ ਓ ਚੱਲ ਚੱਲ ਭਾਈ ਮੈਂ ਤਾਂ ਤੇਥੋਂ ਪਹਿਲਾਂ ਆ ਜੂੰ ਐਂ ਕਰ ਮੇਰਾ ਕੁੜਤਾ ਚਾਦਰਾ ਪ੍ਰੈਸ ਕਰ ਦੇ ਯਾ ਮੈਂ ਨਹੀਂ ਕਰਦਾ ਕੁੜਤਾ ਚਾਦਰਾ ਪ੍ਰੈਸ ਨਹੀਂ ਕਰਦੀ ਮੈਂ ਤੁਹਾਨੂੰ ਕਿਹਾ ਮੈਂ ਨਹੀਂ ਕਰਦੀ ਤੂੰ ਪ੍ਰੈਸ ਨਹੀਂ ਕਰਦੀ ਚੱਲ ਮੈਂ ਆਪ ਹੀ ਕਰ ਲੂੰ ਐਂ ਕਰ ਪਾਰਟੀ ਤੇ ਜ਼ਰੂਰ ਜਾਊਂ ਸਿੱਧਾ ਕਤਲ ਹੋਊਗਾ ਕਤਲ ਕਤਲ ਤੋਂ ਥੱਲੇ ਤਾਂ ਮੈਂ ਸਾਈ ਵੀ ਨਹੀਂ ਫੜਦਾ ਤੂੰ ਕਿੰਨੇ ਪੈਸੇ ਲਵੇਂਗਾ ਆ ਫੁੱਫੜ ਨੂੰ ਠਿਕਾਣੇ ਲਾਉਣ ਦੇ ਓ ਯਾਰ ਪਹਿਲਾ ਕਤਲ ਹੈ ਸਿੱਧੀ ਤਰ੍ਹਾਂ ਤੁਸੀਂ ਬਾਹਣੀ ਕਰਾਓ ਫਿਰ ਉਦੋਂ ਬਾਅਦ ਦੇਖਿਓ ਕਾਤਲ ਤੇ ਕਾਤਲ ਕਾਤਲ ਤੇ ਕਾਤਲ ਹੁੰਦੇ ਹੀ ਰਹਿਣਗੇ ਪੈਸੇ ਬਾਈ ਚਾਹੇ 100 ਵੱਧ ਲੈ ਲਈ ਬੰਦਾ ਨਹੀਂ ਬਚਣਾ ਚਾਹੀਦਾ ਓਏ ਯਾਰ ਬਿੱਲੂ ਬੱਕਰੇ ਤੋਂ ਅੱਜ ਤੱਕ ਕੋਈ ਬੰਦਾ ਬਚਿਆ ਹੀ ਨਹੀਂ ਓ ਸਾਲਿਆ ਨਾਲੇ ਤਾਂ ਤੂੰ ਕਹਿੰਦਾ ਮੇਰਾ ਪਹਿਲਾ ਕਤਲ ਆ ਇਹ ਓਏ ਉਹ ਤਾਂ ਕਹਿਣ ਦੀਆਂ ਗੱਲਾਂ ਨੇ ਯਾਰ ਤੁਸੀਂ ਬਾਹਣੀ ਕਰਾਓ ਤੇ ਨਿਕਲੋ ਅੱਛਾ ਆ ਜੱਗ 50 ਰੁਪਏ ਸਾਈ ਬਾਕੀ 50 ਰੁਪਏ ਕਤਲ ਹੋਣ ਤੋਂ ਬਾਅਦ ਓਏ ਭੂਆ ਵੈਲਣ ਦੇ ਫੁੱਫੜ ਨੇ ਬੜਾ ਤੰਗ ਕੀਤਾ ਸਾਨੂੰ ਠੀਕ ਆ ਹੈ ਬਸ 100 ਰੁਪਏ ਇੱਕ ਕਤਲ ਦਾ ਓਏ ਹੋਰ ਹੁਣ ਯਾਰ ਤੂੰ ਦੱਸ ਇਬਰਾਹੀਮਾ ਜੇ ਲੈਣ ਨੇ ਲੈ ਨਹੀਂ ਬੰਦਾ ਬੰਦਾ ਦਾ ਅਸੀਂ ਆਪ ਹੀ ਗੱਡੀ ਚਾੜ ਦਿੰਦੇ ਹਾਂ ਓ ਯਾਰ ਹੁਣ ਤਾਂ 100 ਰੁਪਇਆ ਵੀ ਬਹੁਤ ਹੈ ਚਲੋ ਲਿਆਓ ਫਿਰ ਤੁਹਾਡਾ ਕੰਮ ਹੋ ਜੂਗਾ ਚੱਲ ਠੀਕ ਆ ਚੱਲ ਓਕੇ
ਕੰਮ ਹੋ ਜਾਣਾ ਚਾਹੀਦਾ ਬਸ। ਦਿਨ ਚੜ੍ਹ ਦਿਨ ਚਮਕੀਲਾ ਦਿਖਾ ਦਿਆ ਉਹਨੂੰ। ਚਲੋ ਕਤਲ ਦੀ ਸ਼ੁਰੂਆਤ ਤਾਂ ਹੋਈ, ਬੌਣੀ ਤਾਂ ਹੋਈ ਸਾਲੀ। ਅੱਛਾ ਤੇਰੀ ਫੁੱਫੜ ਦਾ ਉਹ ਕਤਲ ਕਰਾਉਣ ਫਿਰਦੇ ਤੀ ਸਾਲੇ ਵੱਡੇ ਚਾਵਲ, 1500 ਰੁਪਏ ਪਿੱਛੇ ਮੈਨੂੰ ਮਾਰਨ ਨੂੰ ਫਿਰਦੇ ਸੀ। ਓਏ ਪੁੱਪੜਾ, ਉਹ ਤਾਂ ਫੇਰ ਵੀ 1500 ਹੈ। ਆ ਮੈਂ ਦੇਖ ਲਾ, 100 ਰੁਪਏ ਚ ਰਾਜੀ ਹੋ ਗਿਆ, ਉਹ ਵੀ ਤੇਰਾ ਕਤਲ ਕਰਨ ਨੂੰ। ਓਏ ਤੂੰ ਤਾਂ ਉਹਨਾਂ ਤੋਂ ਵੀ ਵੱਡਾ ਚਾਵਲ ਹੈ। ਜੋ ਮਰਜ਼ੀ ਲਾ ਲੈ, ਜਿਹੜਾ ਪੈਸਾ ਹੈ ਨਾ ਅੱਜ ਸਭ ਦਾ ਬਾਪ ਹੈ। ਠੀਕ ਹੈ, ਨਾਲੇ ਉਹਨਾਂ ਤੋਂ ਮੈਂ ਐਡਵਾਂਸ ਵੀ ਲੈ ਆਇਆ ਤੇਰਾ ਕਤਲ ਕਰਨ ਨੂੰ। ਹੁਣ ਤੂੰ ਦੱਸ ਬਈ, ਤੈਨੂੰ ਛੱਡਾਂ ਕਿ ਮਾਰਾਂ? ਫੁੰਤਾ ਰਹਿ ਮੇਰੀ ਗੱਲ, ਮੈਂ ਤਾਂ ਕਹਿੰਦਾ ਕੰਜੀ ਨੂੰ ਮਾਰੀ ਦੇ ਪਰੇ ਫਾਹਾ ਮੁਕੂਗਾ। ਲੈ ਮੇਰੇ ਸਾਲ ਦੀ ਕਿਵੇਂ ਖਹਿੜਾ ਛਡਾਉਣ ਨੂੰ ਫਿਰਦੀ ਹੈ ਕਲੇਸ਼ਣ। ਗਾਲ ਕੱਢੀ ਜਿਹੜਾ ਥੋੜਾ ਪਾਉ, ਥੋੜਾ ਜੂ ਮੰਤਰ ਕਰਕੇ ਲੈ ਥੋੜਾ ਪਾਉਗੀ ਇਹ। ਆ ਜਾ ਸਾਲੀ ਵੱਡੀ ਦਾਰਾ ਸਿੰਘ, ਜੱਪਣ ਜਾ ਖਸਮਾਂ ਚੌ ਰਿਆ। ਸੱਚੀ ਲਾਉਂਦਰ ਜੁੱਤੀਆਂ ਖੜਦਾ ਸੀ ਮਰ। ਮੈਂ ਵੀ ਮਿਲਖਾ ਸਾਹਮਣ ਵਾਲਾ ਭੱਜਦਾ ਰਿਹਾ, ਛੱਡਦਾ ਨੀ। ਪਤਾ ਨੀ ਮੇਰਾ ਸਾਲਾਂ ਦਾ ਬਾਉਣਾ ਜਾ ਕਿੱਧਰ ਨੂੰ ਗਿਆ। ਪਤਾ ਨੀ ਤਾਂ ਧਰਤੀ ਖਾ ਗਈ, ਪਤਾ ਨੀ ਆਸਮਾਨ ਖਾ ਗਿਆ। ਚੱਲ ਕਦੇ ਤਾਂ ਟੱਕਰੂ। ਮਾਰਤੇ ਮੇਰੇ ਸਾਲਾਂ ਦੇ ਭਜਾ ਭਜਾ। ਮੇਰਾ ਸਾਲਾ ਮੇਰਾ ਹੀ ਕਤਲ ਹੋ ਜਾਣਾ ਸੀ ਜੇ ਨਾ ਭਜਦਾ। ਭੈਣ ਮਰਾਵੇ ਬਦਮਾਸ਼ੀ, ਬੜਾ ਕੁੱਤਾ ਕੰਮ ਹੈ ਬਾਈ। ਬਈ ਇਹੋ ਜਿਹਾ ਕੁੱਤਾ ਕੰਮ ਨਾ ਕਰਿਓ। ਆਹ ਦੇਖ ਲਾ ਹਥਿਆਰ ਵੀ ਉੱਥੇ ਸਟਾ ਲੈਂਦੇ ਐ। ਹੋਇਆ ਸੀ ਬੈਲੀਆਂ ਨੇ ਬੈਲ ਕਮਾਉਣੇ ਨੀ, ਸਾਡੀ ਕਿਹੜਾ ਮੰਗ ਛੁੱਟ ਜੂ। ਕੀ ਆ ਤੂੰ ਮੇ, ਹੁਣ ਨਾ ਤੂੰ ਮੇਰੇ ਵੱਲ ਜਮੀ ਧਿਆਨ ਨਹੀਂ ਦਿੰਦਾ। ਉਹ ਕੀ ਕਰਾਂ ਮਾਣੋ, ਸਾਲੇ ਕੰਮ ਕਾਰ ਹੀ ਨਹੀਂ ਖੜਾ ਹੀ ਛੱਡ ਦੇ। ਹੋਰ ਕੀ ਪਿਆਰ ਬਹੁਤ ਬਦਲ ਗਿਆ ਤੂੰ, ਮੈਨੂੰ ਤਾਂ ਉਹੀ ਧੂਮਾ ਚਾਹੀਦਾ ਜਿਹੜਾ ਵਿਆਹ ਵੇਲੇ ਹੁੰਦਾ ਸੀ। ਉਹ ਗੌਰ ਨਾਲ ਦੇਖ ਮਾਣੋ, ਉਹੀ ਆ ਜਮਾ ਉਹੀ ਆ। ਬਾਈ ਕੀ ਆ ਯਾਰ, ਸਾਰਾ ਦਿਨ ਭਾਬੀ ਨੂੰ ਚਿੰਬੜਾ ਰਹਿਣਾ, ਆ ਫੁੱਫੜ ਦਾ ਵੀ ਕੁਛ ਕਰੇਗਾ। ਲੈ ਆ ਗਈ ਮੇਰੀ ਸੌਕਣ, ਜਾ ਹੁਣ, ਹੋ ਗਈਆਂ ਰੋਮਾਂਟਿਕ ਗੱਲਾਂ। ਆ ਜਾ ਬਾਈ। ਘੰਟਾ ਹੋ ਗਿਆ ਖੜੇ ਨੂੰ ਯਾਰ, ਮਰਦਾ ਨੀ ਤੂੰ, ਖੜਨਾ ਔਖਾ ਬਾਈ ਇੰਨਾ ਚਿਰ। ਹਾਂ ਸੀ ਯਾਰ, ਕਿਉਂ ਕੰਮ ਹੋਇਆ, ਮਰਦਾ ਨਹੀਂ ਤੂੰ? ਬਾਈ ਮੈਂ ਤਾਂ ਐਂ ਕਹਿੰਦਾ ਸੀ, ਆਪਣੀ ਸਾਰੀ ਦਾਰੂ ਖਤਮ ਹੋਈ ਪਈ ਆ, ਡੱਫ ਗਿਆ ਹੁਣ ਜਿਹੜੀ ਉਸਦੇ ਪਈ ਦੀ ਸਾਰੀ। ਉਹ ਬਾਈ ਡੇਢ ਤਾਂ ਬੋਤਲ ਦੀ ਯਾਰ। ਉਹ ਮੈਂ ਕਹਿੰਦਾ ਰੱਬ ਕਰਕੇ ਤੂੰ ਮਰ ਜਾ ਬਸ। ਚੱਲ ਆ ਜਾ ਦੇਖਦੇ ਹੱਥ ਤੇ ਜਾ ਕੇ, ਚੱਲ ਆ ਦੇਖ ਲੈ। ਰਵਿੰਦਰ ਰਵੀ ਡਾਇਰੈਕਟਰ ਬਣਿਆ ਖੜਾ, ਤਿੰਨ ਵਾਰ ਆਟਾ ਲੈ ਗਿਆ ਪਿਆ ਕੇ, ਹਾਲੇ ਤੱਕ ਪੈਸੇ ਨਹੀਂ ਦੇ ਕੇ ਗਿਆ। ਹਾਂ ਉਹ ਬਿੱਲੂ ਬੱਕਰੇ, ਉਹ ਕਿੱਧਰ ਮਾਮਾ, ਤੈਨੂੰ ਕਤਲ ਦੀ ਸਾਈ ਦਿੱਤੀ ਸੀ ਯਾਦ ਆ ਕਿ ਨਹੀਂ?
हाँ याद है भाई, अपनी तो तैयारी है, फुल तैयारी है। साला भजन किधर लगा थी? वो तो भाई मैं वही डर गया थीगा। नाले तुसी करे जाओ, ठीक है कि नहीं? फुफड़ तो मरे ही लो हूँ। बंदे अभी बहुत पुठे हैं, पता मेरी घरवाली ने रोकता मैनू बेगानू बंदा मारना नहीं, असि कितने टाइम लाने बंदा मारनू क्यों लाले? मैनू तो लगता नहीं भाई ये कतल कुतल कर दू। वो भीरे होगा होगा यार, पक्का होगा, हौसला ना तोड़ो यार, कतल मैं करूँ? वो ताही बदमाशी कायम रहू। गुड, वेरी गुड। बोलो बकरे, अभी करते हैं पार्टी की तैयारी, तू कर अपनी बदमाशी कायम, पर याद रखी जे तू ने ना करे कतल तो मैं साला तेरा कतल कर दू। है फिर तू अपनी खैर ना बनाई, बस बंदा साने भी अज तक सुखा नहीं जान दिता कोई, समझे ना? चलो निकलो यार, भी दिते ने साले ने बड़ा कसूता फसाया, जे ना कतल किया किते मैनू ना मार देना। मैं तो चलिया भूआ कोले हुण। हाँ तू किवें भज्जी आनी है, जिवें तेरे पेट्रोल लग्या होवे, है दस की चंद चाड़ के इयां बैलना है? ये तो बहुत वधिया होया, हुण पुलिसां आउणगियां तेरे हाथ कड़ी लाउणगियां, फिर तेनू फाहे लाउणगियां, फिर मैं दूजा व्याह करवाऊंगा। तू मैनू मारना चाहुंदा सी, पागल हो गई। अप्पू मैं तो बिल्लू बकरा आ, बिल्लू बकरा भज्जिया भज्जिया पाने जा मार दू पागल होगी। भाई आ बिल्लू बकरे ने गदारी कीती आ, सारा प्लान फुफड़ दे भूआ नूं दसदा। अच्छा हाँ ये गल देखी फिर धुम्मे दे हाथ, जे बिल्लू बकरी दियां मिंगणां ना कढ़ियां ना उहनां कुत्तियां दी मौत आई आ माणो आशीर्वाद दे जट्टीए। जिउंदा बसदा रहि, रब तैनूं मुंडा देवे। ओए लड़ाई वाला आशीर्वाद चाहीदा आ मुंडे वाला नहीं। हाँ ओ केड़ा पूरा हुंदा तुम्या, मैं क्या जोश च आया होया बंदा, शायद पूरा हो जाए।
ਉਹ ਮੈਂ ਮਰ ਜਾ ਹੁਣ, ਫਿਲਮ ਕਿੰਨੀ ਕੁ ਬਾਕੀ ਰਹੀ? ਉਹ ਮੁੱਕਣ ਵਾਲੀ ਆ ਗੁਰੂ, ਤੂੰ ਮਰਨਾ ਮਰ ਜਾ, ਮੈਂ ਆਪੇ ਕਰ ਦੂੰ ਦੀ ਐਂਡ, ਫਿਲਮ ਦਾ ਵੀ ਤੇ ਫੁੱਫੜ ਦਾ ਵੀ। ਹੁਣ ਮੇਰਾ ਵੀ ਕੁਛ ਕਰੇਗਾ ਕਿ ਮੈਂ ਆਈ ਰਹੂੰ? ਉਹ ਮੈਡਮ ਚੱਲ ਪਹਿਲਾਂ ਤੇਰੀ ਮੁਰਾਦ ਪੂਰੀ ਕਰਾਂ, ਚੱਲ ਆ ਜਾ, ਮੈਂ ਵੀ ਖਰੌੜਿਆਂ ਦਾ ਸੂਪ ਪੀ ਕੇ ਆਇਆ, ਆ ਜਾ। ਚਲੋ ਵੀ ਉਹਦਾ ਆਪਣੀ ਮੁਰਾਦ ਪੂਰੀ ਕਰਨ ਗਏ, ਆਪਾਂ ਵੀ ਚੱਲੀਏ। ਨਾ ਨਾ ਮੈਨੂੰ ਕੱਲ੍ਹ ਸੁਣਦਾ, ਮੈਂ ਤਾਂ ਬੌਲਾ ਹਾਂ, ਆਹ 35 ਸਾਲ ਹੋ ਗਏ ਤੈਨੂੰ ਮਗਰ ਲਈ ਫਿਰਦੇ ਨੂੰ, ਹਾਲੇ ਤੈਨੂੰ ਪਤਾ ਹੀ ਨਹੀਂ ਵੀ ਮੈਨੂੰ ਸੁਣਦਾ ਕਿ ਨਾ? ਨਾ ਫਿਰ ਬੁਲਾਉਣੀ ਕਿਉਂ ਆ? ਕੋਈ ਚੱਲ ਜੇ ਤੂੰ ਕਹਿਣੀ ਆਪਾਂ ਉਹਨਾਂ ਦੇ ਪੈਸੇ ਦੇ ਆਉਂਦੇ ਹਾਂ, ਪਰ ਮੈਂ ਹਿੰਡ ਦਾ ਬਹੁਤ ਪੱਕਾ। ਜੇ ਤੂੰ ਹਿੰਡੀਆਂ ਫਿਰ ਤੂੰ ਰਹਿਣੀ ਦੇ। ਨਹੀਂ ਨਹੀਂ ਚੱਲ ਆਪਾਂ ਚੱਲਦੇ ਹਾਂ, ਹੈ ਨਹੀਂ ਉਹ ਰਾਤ ਮੈਨੂੰ ਰੋਜ਼ ਤੰਗ ਕਰਿਆ ਕਰਨਗੇ, ਤੂੰ ਐਂ ਕਰ ਮੈਂ ਥੋੜ੍ਹਾ ਜਿਹਾ ਤਿਆਰ ਹੋ ਜਾ। ਤਿਆਰ ਹੋ ਨੂੰ ਕੰਜਰ ਦਾ ਪੁੱਤਾਂ ਤੇ ਆਪਣੀ ਮਾਂ ਦੇ ਮੁਖਲਾ ਦੇ ਜਾਣਾਗਾ। ਓ ਮੈਂ ਤੇਰੀ ਕੁਤਰੀ ਨੂੰ ਬਟਾ ਦੇ ਦੂੰ, ਮੇਰੇ ਸਲਦੀ ਕਿਵੇਂ ਭੌਂਕ ਦੇ, ਐਂ ਲੋਟਾ ਮਿਲ ਗਿਆ ਤੂੰ ਤੂੰ ਐਂ ਨਹੀਂ ਲੋਟਾ, ਤੈਨੂੰ ਮੈਂ ਕਿਹਾ ਤੂੰ ਚੁੱਪ ਕਰ ਜਾ, ਬਸ ਆਹੀ ਆ ਦੋ ਰੋਟੀ ਖਾ ਲੈਂਦਾ ਬੇਚਾਰਾ, ਆਥਣੇ ਦੋ ਪੈਗ ਲਾ ਲੈਂਦਾ, ਆ ਹੱਥ ਦਾ ਕੰਮ ਵੀ ਸਾਰਾ ਸਾਰਾ ਮਾਰਦੀ ਗੇਟ ਦੇ ਲਗਾਦੀਏ। ਨਹੀਂ ਧੁੰਮਿਆ ਤੂੰ ਨਾ ਜਾ, ਲਾਲੀ ਨੂੰ ਭੇਜ ਦੇ, ਐਵੇਂ ਡਾਂਗ ਡੂੰਗ ਮਾਰੂ ਸਿਰ ਚ, ਦਾਰੂ ਨੇ ਡੱਕੀ ਫਿਰਦੀ ਆ। ਓ ਭਾਬੀ ਮੈਂ ਵੀ ਕੀ ਕਰੂੰਗਾ ਜਾ ਕੇ, ਆਪੀ ਭੌਂਕ ਭੂਕ ਕੇ ਮੁੜ ਜੂ। ਓ ਮਾਰ ਗਿਆ ਮੋਕ, ਓ ਭਾਈ ਭਾਈ ਦੀਆਂ ਬਾਹਾਂ ਹੁੰਦੀਆਂ ਨੇ ਲਾਲੀ, ਤੇ ਤੂੰ ਤੂੰ ਭਾਈ ਦੇ ਨਾਂ ਦੇ ਕਲੰਕ ਕਲੰਕ, ਮੇਰੀ ਅਣਖ ਨੂੰ ਲਲਕਾਰਨਾ ਤਾਂ ਮੈਂ ਭੂਆ ਆ ਗਿਆ ਮੈਂ। ਓ ਦੇਖ ਗਿਆ ਮੇਰਾ ਬੱਬਰ ਸ਼ੇਰ, ਤੁਸੀਂ ਮੇਰੇ ਘਰ ਨੂੰ ਮਾਰਨਾ ਚਾਹੁੰਦੇ ਸੀ ਤੁਹਾਡੇ ਫੁੱਫੜ ਨੂੰ, ਬਾਹਰ ਨਿਕਲੋ ਅੱਜ ਮੇਰੇ ਸਿਰ ਤੇ ਖੂਨ ਸਵਾਰ ਹੈਗਾ, ਨਿਕਲੋ ਬਾਹਰ ਤੂਰੇ ਲੜੀ ਕੁੱਤੀ ਦੇ ਪਤੂਰੇ। ਓ ਭੂਆ ਤੇਰੀ ਐਸੀ ਦੀ ਤੈਸੀ, ਅੱਜ ਨਹੀਂ ਬਚਦੀ ਮੇਰੇ ਹੱਥੋਂ। ਓ ਬਚਾਲਾ ਭਾਈ ਤੂੰ ਮੈਂ ਹੋਰ ਹੈਗਾ ਕੋਈ? ਮੈਨੂੰ ਲੱਗਦਾ ਲਾਲੀ ਦਾ ਪਤਾ ਪੜਨੇ, ਹੁਣ ਆਪਾਂ ਐਂ ਕਰਦੇ ਹਾਂ ਹੁਣ ਆਪਾਂ ਰੌਲਾ ਪਾ ਦਈਏ, ਉਹ ਤਾਂ ਅਸੀਂ ਭੱਜੂ ਇੱਥੋਂ, ਪੁਲਿਸ ਆ ਗਈ ਪੁਲਿਸ ਪੁਲਿਸ। ਬਹੁਤ ਵਧੀਆ ਕਰਿਆ ਫੁੱਫੜਾ, ਇਹਦੀ ਬਹੁਤ ਲੋੜ ਸੀ ਧਰਮ ਨਾਲ। ਲੈ ਭਾਈ ਹੁਣ ਤਾਂ 10 ਰੁਪਿਆ ਦਿਆ ਕਰੇ, ਆਹੋ ਫੁੱਫੜਾ ਹੁਣ ਵੈਸੇ ਹੋਰ ਬਥੇਰਾ ਕੁਝ ਹੈਗਾ ਖਾਣ ਪੀਣ ਨੂੰ, ਹੁਣ ਤਾਂ ਸੌਂਹ ਪਾ ਦੇ, ਨਾਲੇ ਸੱਚੀ ਸੌਂਹ ਪਾਈ ਝੂਠੀ ਸੌਂਹ ਵੀ ਨੁਕਸਾਨ ਦਿੰਦੀ ਹੈ। ਓਏ ਗੱਲ ਤਾਂ ਭਾਈ ਤੇਰੀ ਬਹੁਤ ਔਖੀ ਹੈ, ਪਰ ਜੇ ਕੁੜੀਏ ਤੂੰ ਕਹਿਣੀ ਆ ਆਪਾਂ ਤੇਰੀ ਭੂਆ ਦੀ ਸੌਂਹ ਪਾ ਦਿੰਦੇ ਹਾਂ, ਅੱਜ ਤੋਂ ਬਾਅਦ ਦਾਰੂ ਨਹੀਂ ਪੀਂਦੇ। ਓ ਭੂਆ ਓ ਮੈਨੂੰ ਲੱਗਦਾ ਤੇਰੀ ਸੌਂਹ ਝੂਠੀ ਸੀ, ਹੁਣ ਤੁਸੀਂ ਵੀ ਦਾਰੂ ਛੱਡ ਦਿਓ, ਸੌਂਹ ਖਾਵਾਂ। ਨਾ 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 ਨਾ।